2014 ਦੇ ਵਿੱਚ ਜਦੋਂ ਪੋਸਟਰ ਲੱਗਦੇ ਆ ਫਿਲਮ ਦੇ ਜਿਹੜੀ ਸਾਡੇ ਵੀਰ ਸਰਦਾਰ ਮੱਖਣ ਸਿੰਘ ਮੁਸਾਫਰ ਨੇ ਗੱਲ ਕੀਤੀ ਕਿ ਪੋਸਟਰਾਂ ਦੀ ਰਾਖੀ ਵਾਸਤੇ ਕਿਉਂਕਿ ਮੈਂ ਥੋੜ੍ਹਾ ਜਿਹਾ ਸਖ਼ਤ ਰਿਹਾ ਆਪਦੀ ਨੌਕਰੀ 'ਚ 90 ਬੰਦੇ ਮੈਨੂੰ ਇਕੱਲੀ ਪੋਸਟਰਾਂ ਦੀ ਰਾਖੀ ਕਰਨ ਵਾਸਤੇ 4 ਪਿੰਡਾਂ ਵਾਸਤੇ ਨਵੰਬਰ ਦਸੰਬਰ ਜਨਵਰੀ ਅਤੇ ਅੱਧੀ ਫਰਵਰੀ ਉਹ ਸਾਰੀ ਮੈਂ ਉੱਥੇ ਰਾਤਾਂ ਜਾਗ ਜਾਗ ਕੇ ਇੱਕ ਫੋਟੋਆਂ ਦੀ ਰਾਖੀ ਕਰਦਿਆਂ ਕੱਢੀ। ਸ਼ਰਮ ਆਉਂਦੀ ਸੀ ਆਪਦੇ ਆਪ ਨੂੰ ਵੀ ਅਸੀਂ ਕਿਹੜੀ ਡਿਊਟੀ ਕਰਦੇ। ਉਸ ਵੇਲੇ ਦੀ ਸਰਕਾਰ ਦੇ ਸਕਦੀ ਹੈ ਦੁਆ, ਜੁਆਇੰਟ ਆਪਰੇਸ਼ਨ ਚੱਲਦਾ ਰਿਹਾ ਸਾਡਾ, ਜਿਹੜੇ ਬੰਦੇ ਅਸੀਂ ਅਰੈਸਟ ਕਰਦੇ ਰਹੇ ਹਾਂ ਉਹਨਾਂ ਨੂੰ ਛਡਾਉਂਦਾ ਕੌਣ। ਉਸ ਤੋਂ ਬਾਅਦ 2020 ਦੇ ਵਿੱਚ ਮੈਨੂੰ ਨੀਂਦ ਆਉਣੋਂ ਹਟ ਗਈ। ਮੈਂ ਇੱਥੇ ਸੁਖਰਾਜ ਦੇ ਕੋਲ ਆਇਆ, ਮੈਂ ਕਿਹਾ ਸੁਖਰਾਜ ਅਸੀਂ ਤੇਰੇ ਗੁਨਾਹ ਕਰ, ਜੋ ਸਜ਼ਾ ਚਾਹਵੇ ਕਾਂਗਰਸ, ਤੱਕ ਮੇਰੇ ਫੰਡ ਰੋਕੇ ਹੋਏ ਆ, ਅੱਜ ਤੱਕ ਮੈਨੂੰ ਕੋਈ ਫੰਡ ਨਹੀਂ ਮਿਲਿਆ। ਉਸ ਤੋਂ ਬਾਅਦ ਮੇਰੇ ਨਾਲ ਕੀ ਕੁਛ ਹੋਇਆ ਉਹ ਤੁਹਾਨੂੰ ਮੈਂ ਨਹੀਂ ਦੱਸ ਸਕਦਾ। ਇਹ ਆ ਵੀ ਦੁਬਾਰਾ ਜੁਆਇਨ ਕਰ, ਪ੍ਰਮੋਸ਼ਨ ਦਿੰਦੇ ਹਾਂ ਪਰ ਮੂੰਹ ਬੰਦ ਕਰਨਾ। ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਮੈਂ ਨਾਜ ਹਸਤੀਆਂ ਫਤਿਹ ਦੀ ਸਾਂਝ ਕਰੋ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰੋ, ਤੁਸੀਂ ਨੌਕਰੀ ਦੀ ਗੱਲ ਕੀਤੀ, ਜਿੱਥੇ ਆਪਦੀ ਕੌਮ ਦੀ ਗੱਲ ਹੋਵੇ ਅਤੇ ਗੁਰੂ ਦੀ ਗੱਲ ਹੋਵੇ ਉੱਥੇ ਇਹ ਚੀਜ਼ਾਂ ਬਹੁਤ ਛੋਟੀਆਂ ਹੁੰਦੀਆਂ। ਮੈਂ ਇਹ ਬੇਅਦਬੀ ਦਾ ਮੁੱਢ ਕਿਉਂ ਬੱਝਿਆ, ਕਿਉਂਕਿ ਮੈਂ CIA ਮੋਗਾ ਉਸ ਵੇਲੇ ਪੋਸਟਡ ਸੀ। 2014 ਦੇ ਵਿੱਚ ਜਦੋਂ ਪੋਸਟਰ ਲੱਗਦੇ ਆ ਫਿਲਮ ਦੇ ਜਿਹੜੀ ਸਾਡੇ ਵੀਰ ਸਰਦਾਰ ਮੱਖਣ ਸਿੰਘ ਮੁਸਾਫਰ ਨੇ ਗੱਲ ਕੀਤੀ ਕਿ ਪੋਸਟਰਾਂ ਦੀ ਰਾਖੀ ਵਾਸਤੇ, ਕਿਉਂਕਿ ਮੈਂ ਥੋੜ੍ਹਾ ਜਿਹਾ ਸਖ਼ਤ ਰਿਹਾ ਆਪਦੀ ਨੌਕਰੀ 'ਚ, 90 ਬੰਦੇ ਮੈਨੂੰ ਇਕੱਲੀ ਪੋਸਟਰਾਂ ਦੀ ਰਾਖੀ ਕਰਨ ਵਾਸਤੇ 4 ਪਿੰਡਾਂ ਵਾਸਤੇ ਦਿੱਤੇ ਗਏ। PAP ਦੀ ਇੱਕ ਬਟਾਲੀਅਨ ਕੰਪਨੀ ਅਤੇ ਮੈਂ ਉਹਨਾਂ ਦਾ ਇੰਚਾਰਜ, ਤਾਂ ਲੈ ਕੇ ਘੱਲ ਕਲਾਂ ਸਲੀਣਾ ਅਤੇ ਕੁਛ ਲੰਡੇ ਅੱਗੇ ਅਤੇ ਸੰਤ ਨਗਰ ਦਾ ਇਲਾਕਾ, ਟੋਟਲ 21 ਪੋਸਟਰ ਸੀ। ਨਵੰਬਰ ਦਸੰਬਰ ਜਨਵਰੀ ਅਤੇ ਅੱਧੀ ਫਰਵਰੀ ਉਹ ਸਾਰੀ ਮੈਂ ਉੱਥੇ ਰਾਤਾਂ ਜਾਗ ਜਾਗ ਕੇ ਇੱਕ ਫੋਟੋਆਂ ਦੀ ਰਾਖੀ ਕਰਦਿਆਂ ਕੱਢੀ। ਸ਼ਰਮ ਆਉਂਦੀ ਸੀ ਆਪਦੇ ਆਪ ਨੂੰ ਵੀ ਅਸੀਂ ਕਿਹੜੀ ਡਿਊਟੀ ਕਰ ਰਹੇ ਹਾਂ। ਉਸ ਵੇਲੇ ਦੀ ਸਰਕਾਰ ਦੇ ਸਕਦੀ ਹੈ ਜਵਾਬ। ਉਸ ਤੋਂ ਬਾਅਦ ਕੀ ਹੁੰਦਾ ਹੈ, ਮੋਗੇ ਧਰਨਾ ਲੱਗਦਾ, ਇਹਨਾਂ ਦਾ ਲਗਾਤਾਰ 1.5-2 ਮਹੀਨੇ ਉਹ ਧਰਨਾ ਚੱਲਿਆ। ਉਸ ਤੋਂ ਬਾਅਦ ਸਾਡੀ ਇੱਕ ਵਾਘੇ ਪੁਰਾਣੇ ਝੜਪ ਹੁੰਦੀ ਹੈ ਇੱਕ ਪੋਸਟਰ ਦੇ ਪਿੱਛੇ ਹੀ, ਕੁਛ ਰੋਡੇ ਪਿੰਡ ਦੀ ਸੰਗਤ ਸੀ, ਉੱਥੇ ਮੇਰੀ ਉਂਗਲ ਵੀ ਫ੍ਰੈਕਚਰ ਹੋਈ, SHO ਦੀ ਬਾਂਹ ਫ੍ਰੈਕਚਰ ਹੋਈ, ਕੋਈ ਕਾਰਵਾਈ ਨਹੀਂ ਕੀਤੀ। ਉੱਥੋਂ ਵੱਡੇ ਹੁੰਦੇ ਹੁੰਦੇ ਲੋਕ ਇਹ ਪਹੁੰਚ ਕੇ ਬੁਰਜ ਜਵਾਹਰ ਸਿੰਘ ਵਾਲਾ ਤੱਕ ਬੀੜ ਚੋਰੀ ਹੋਈ। ਉਸ ਦਿਨ ਤੋਂ ਲੈ ਕੇ ਸਾਡੀ CIA ਟੀਮ ਮੋਗਾ ਅਤੇ CIA ਟੀਮ ਫਰੀਦਕੋਟ, ਜੁਆਇੰਟ ਆਪਰੇਸ਼ਨ ਚੱਲਦਾ ਰਿਹਾ ਸਾਡਾ, ਜਿਹੜੇ ਬੰਦੇ ਅਸੀਂ ਅਰੈਸਟ ਕਰਦੇ ਰਹੇ ਹਾਂ ਉਹਨਾਂ ਨੂੰ ਛਡਾਉਂਦਾ ਕੌਣ ਸੀ। ਉਸ ਤੋਂ ਬਾਅਦ ਤਫਤੀਸ਼ ਚੱਲੀ ਗਈ, ਚੱਲਦੀ ਰਹੀ, ਬਗਰਾੜੀ ਪੱਤਰੇ ਖਿਲਰੇ, ਪੋਸਟਰ ਲੱਗੇ। ਉਸ ਤੋਂ ਬਾਅਦ ਕੋਟਕਪੂਰਾ ਕਾਂਡ ਵਾਪਰ ਗਿਆ, ਉਸ ਤੋਂ ਬਾਅਦ ਬਹਿਬਲ ਕਾਂਡ ਵਾਪਰ ਗਿਆ, ਉਸ ਤੋਂ ਬਾਅਦ ਮਲਕੇ ਕਾਂਡ ਵਾਪਰਦਾ। ਇਸ ਕਾਂਡ ਨੂੰ ਉਲਝਾਉਣ ਵਾਸਤੇ ਉਸ ਵੇਲੇ ਸਰਕਾਰ ਡਰ ਗਈ ਸੀ, ਉਹ ਅਸੀਂ ਇੱਕ ਹਫ਼ਤੇ 'ਚ ਹੱਲ ਕੀਤਾ। ਜਿਹੜੇ ਡੇਰਾ ਪ੍ਰੇਮੀ ਕਹਿੰਦੇ ਸੀ ਨਾ ਸਾਡਾ ਇਸ ਬੇਅਦਬੀ ਨਾਲ ਦੋਸ਼ ਕੋਈ ਨਹੀਂ, ਬੇਸ਼ੱਕ ਸਜ਼ਾ ਘੱਟ ਹੋਈ ਹੈ ਪਰ ਕਰਵਾ ਕੇ ਤੁਹਾਡੇ ਕਟਹਿਰੇ 'ਚ ਖੜੇ ਕੀਤੇ। ਉਸ ਤੋਂ ਬਾਅਦ 2020 ਦੇ ਵਿੱਚ ਮੈਨੂੰ ਨੀਂਦ ਆਉਣੋਂ ਹਟ ਗਈ। ਮੈਂ ਇੱਥੇ ਸੁਖਰਾਜ ਦੇ ਕੋਲ ਆਇਆ, ਮੈਂ ਕਿਹਾ ਸੁਖਰਾਜ ਅਸੀਂ ਤੇਰੇ ਗੁਨਾਹ ਕਰ, ਜੋ ਸਜ਼ਾ ਚਾਹਵੇ ਕਾਂਗਰਸ। ਉੱਥੇ ਬਾਪੂ ਜੀ ਵੀ ਸੀਗੇ, ਇਹ ਸੀ ਬਾਬਾ ਸੁਖਜੀਤ ਸਿੰਘ ਖੋਸਾ, ਮੇਰਾ ਖਿਆਲ ਹੈ ਜਦੋਂ ਇੱਥੇ ਪੋਸਟਰ ਲੱਗਦੇ ਆ ਸਾਡੇ ਨਾਲ ਹੀ ਰਹੇ ਆ, ਮੇਰੇ ਨਾਲ ਨਾਲ ਹੀ ਚੱਲਦੇ। ਇਹਨਾਂ ਦੀ ਮਿਹਨਤ, ਚਲੋ ਮੈਂ ਰਿਜ਼ਾਈਨ ਕਰਕੇ ਮੈਂ VRS ਲੈ ਲਈ, ਜਦੋਂ ਮੈਂ ਪੈਨਸ਼ਨ ਲੈਂਦਾ ਅੱਜ ਤੱਕ ਮੇਰੇ ਫੰਡ ਰੋਕੇ ਹੋਏ ਆ, ਅੱਜ ਤੱਕ ਮੈਨੂੰ ਕੋਈ ਫੰਡ ਨਹੀਂ ਮਿਲਿਆ। ਉਸ ਤੋਂ ਬਾਅਦ ਮੇਰੇ ਨਾਲ ਕੀ ਕੁਛ ਹੋਇਆ ਉਹ ਤੁਹਾਨੂੰ ਮੈਂ ਨਹੀਂ ਦੱਸ ਸਕਦਾ। 2021 ਦੇ ਵਿੱਚ ਜਦੋਂ ਚੰਨੀ ਮੁੱਖ ਮੰਤਰੀ ਬਣਦਾ,
उस वेले सिट ने उन्होंने गल की, मेरा जिक्र होया भी जे वह मुंडा गवाही दे दिंदा ये चलान टिक जाएंगे, क्योंकि प्रदीप सिंह वादा मुआफ बनिया। मैं चशमदीप, मैनू इतों सदा आंदा सुखी रधावे, मैथों सारी गलबात उन्होंने पूछी। तो एक पासे जस्टिस रणजीत सिंह की जिहड़ी रिपोर्ट वह पई सी, मेरा एक एक अखर उस रिपोर्ट नाल मेल खांदा सी। मैनू कहिंदे भी ठीक है, सैट नूं तुहानूं बुलावांगे। तो उस तों बाद मैं कहा जी मेरी गवाही करा लो, पता नहीं हुंदा हालातां दा की होणा। तीन एम एल ए सुखराज दे कोल इत्थे आउंदे आ, आउण तों बाद मैनू एक एम एल ए दा फोन जांदा, जे कहो जे तुहाडी संगत दी आग्या ते मैं रिकॉर्डिंग सुना दिंदा। सुना दिया जी, वह मैनू कहिंदे आ वी दुबारा ज्वाइन कर, प्रमोशन दिंदे आ पर मूंह बंद कर लै, सुन लिओ तुसीं, मैं ना नहीं लैणा, सुन लो तुसीं ते सुना दिंदा। कोई भी इस चीज़ के उत्ते सुहिरद कोई भी नहीं सी, जे तुसीं कहिंदे ना कालियां दी जां इन्हां दी सी कोई भी, हाँ सुणियो सुखराज को वादा करके जाते इंसाफ देने का। हां जी, मैनू कहिंदे भी एक प्रेस उस तो बाद फिर तीसरे दिन मैं क्या भी मैं सैट द उन्होंने कहा भी आ जाओ, हाँ सुन लो सुन लो। कुलबीर सिंह जीरा जी वो मेरे हलके दे सी। सुन लो तुसी, आ जिहड़े बंदे सुखराज नाल बैठ के इत्थे वादे करके गए ते मेरे ते प्रेशर पा के दुआरा, मैं चट्टोपाध्याय साहब नूं कहा जी मैं सुसाइड कर जाऊंगा, सारा कुछ लिख के रख दूंगा। फिर नवीं सरकार बनी, बाबा सुखजीत सिंह खोसा इस चीज का सुखराज दोनों वधाई दे पात्र है कि इन्होंने मैनू मोटीवेट करी रखिया, मैं अपना फर्ज निभा दिता। ठीक है जी, अगे कौम ने सोचना की करना, असी ये नहीं है भी सारी पुलिस ही माड़ी है। जो अज तक का इतिहास देख लो तुसी, किते सारे नहीं माड़े होंगे, कोई दो चार होंगे पिछों जो यह जहाँ काम कर। मैं बाला नहीं हूँ ज़्यादा नहीं बोलना, टाइम बहुत ज़्यादा हो गया। शहीद जथेदार गुरदेव सिंह कौंके की एक मेरी इंटरव्यू पई है, उन्हां तो लैके बाइबल तक एक एक अखर आपकी कौम के अगे रख के जाऊंगा, मैं रहा जा ना रहा वह गल वखरी, लिख के कौम के अगे रख के जाऊं, उदू अगे कौम फैसला करे की करना है। इन्ना कुछ कहिंदा खिमा दा जा चुके। वाहेगुरु जी का खालसा, वाहेगुरु जी। बहुत बहुत धन्यवाद भाई सतपाल सिंह जी गिल, जो सबका पुलिस अफसर, उन्होंने सारी जी उन्होंने बीतया घटनाक्रम तो आप जी संगत साझा किया। वड्डी गल है, एक गल मैं छोटी जी भुल गया, इस वेले कांड वापरदा ऑर्बिट बस कांड, कुड़ी मरदी देख के चलो चंगा नहीं होया, किसी की बच्ची की जान गई। जिन्ना चिर उस लड़के और राजीनामा भी मैं करवाया, मैं उस वेले सिटी मोगी, जिन्ना चिर उस कुड़ी का संस्कार नहीं होया, बड़े बादल साहब सैनी साहब पीबा बादल जी उतो होके गए, उमरा नंगल साहब, उन्हां चिर उतो उठे नहीं।
ਉਹ ਮੁੱਦਾ ਵੱਡਾ ਸੀ ਜਾਂ ਇਹ ਵੱਡਾ ਸੀ ਇਹ ਕੋਈ ਜਵਾਬ ਦੇ ਸਕਦਾ ਤੇ ਸੰਗਤ ਜਵਾਬ ਉਹਨਾਂ ਲੋਕਾਂ ਤੋਂ ਲਓ ਹੋਰ ਕੀ ਕਾਰਨਾਮੇ ਆ ਮੈਂ ਸਾਂਝੇ ਕਰਦਾ ਰਹੂੰਗਾ ਮੇਰੇ ਕੋਲ ਬਹੁਤ ਕੁਛ ਪਿਆ ਤੁਸੀਂ ਸੁਣਨ ਵਾਲੇ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।